ਪੰਜਾਬ ਦੀ ਗਰਮੀ ਨੇ ਤਾਂ ਸਾਰੇ ਲੋਕਾਂ ਦੀ ਤੌਬਾ ਤੌਬਾ ਕਰਾ ਛੱਡੀ ਹੈ। ਤਾਂ ਇਸ ਸਮੇਂ ਸਭ ਤੋਂ ਜ਼ਿਆਦਾ ਵਧੀਆ ਮਾਹੌਲ ਹੁੰਦਾ ਹੈ ਪਹਾੜਾਂ ਦੇ ਵਿੱਚ, ਤੇ ਲੋਕੀ ਸਭ ਤੋਂ ਜ਼ਿਆਦਾ ਪ੍ਰੈਫਰ ਕਰਦੇ ਨੇ ਪਹਾੜ ਵਿੱਚ ਘੁੰਮਣ ਲਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਪਿਛਲੇ 10 ਦਿਨ ਤੋਂ ਰਾਹਾਂ ਤੇ ਹੀ ਆ, ਸਫ਼ਰ ਤੇ ਹੀ ਆ। ਤੁਸੀਂ ਸਾਡਾ ਸਮਾਨ ਦੇਖ ਸਕਦੇ ਹੋ। ਮਗਰ रवनीत सिंह यानी दिन ले लद्दाख विच अपने दोस्तों नाल खूब इंजॉय करते हुए नजर आ रहे ने। जी हाँ, रवनीत नूं भी फिलहाल पंजाब दी गर्मी रास नहीं आ रही है, ते रवनीत भी हुण पहाड़ा विच अपने दोस्तों नाल घूमते नजर आ रहे ने। टाइम टू टाइम हर एक वीडियोज अपने फैंस नाल शेयर भी कर रहे ने, अते उन्हां दे सोशल मीडिया ते उन्हां दी इह वीडियोज खूब पसंद भी कीतियां जा रहियां ने। रवनीत नूं चाहुण वाले भी उन्हां दी वीडियोज नूं बहुत प्यार दे रहे ने। इस दे चलदे ही रवनीत ने गायक अमरिंदर गिल दे गीत ਅੱਖਰ, ਜਿਹੜਾ ਕਿ ਫਿਲਮ ਲਾਹੌਰੀਏ ਦਾ ਸਭ ਤੋਂ ਸੁਪਰ ਡੁਪਰ ਹਿੱਟ ਗੀਤ ਗਿਆ ਸੀ, ਉਸ ਗੀਤ ਦੇ ਉੱਤੇ ਬਰਫ਼ ਦੇ ਵਿੱਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਰਵਨੀਤ ਇਹ ਗੀਤ ਇੰਜੋਏ ਵੀ ਕਰ ਰਹੇ ਨੇ ਅਤੇ ਰਵਨੀਤ ਬੇਹੱਦ ਖੁਸ਼ ਵੀ ਨੇ, ਅਤੇ ਫੈਨਸ ਨੂੰ ਉਹਨਾਂ ਦਾ ਇਹ ਅੰਦਾਜ਼ ਬੇਹੱਦ ਪਸੰਦ ਵੀ ਆ ਰਿਹਾ। ਆਓ ਤੁਸੀਂ ਵੀ ਨਿਗਾਹ ਮਾਰੋ ਇੱਕ ਵਾਰੀ ਇਸ ਵੀਡੀਓ ਵੱਲ।